ਹੈਲੋ ਫਰੈਂਡਸ ਹਾਂਜੀ ਕੀ ਹਾਲ ਚਾਲ ਸਾਰੇ ਠੀਕ ਹੋ ਤੁਸੀਂ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਜ ਆਪਾਂ ਜਾਣਕਾਰੀ ਡਿਸਕਸ ਕਰ ਰਹੇ ਹਾਂ ਪੰਜਾਬ ਵਾਰਡ اٹੈਂਡੈਂਟ ਦੇ ਸਿਲੇਬਸ ਬਾਰੇ ਕਿ ਇਹਦਾ ਕੀ ਸਿਲੇਬਸ ਆਏਗਾ ਕੀ ਸਿਲੇਬਸ ਨਹੀਂ ਆਏਗਾ ਚਲੋ ਅੱਗੇ ਵਧ ਕੇ ਇਸ ਵੀਡੀਓ ਚ ਆਪਾਂ ਜਾਣਕਾਰੀ ਲੈਣੇ ਆਂ ਸਭ ਤੋਂ ਪਹਿਲਾਂ ਇਸ ਦੀ ਜਿਵੇਂ ਐਜੂਕੇਸ਼ਨ ਕੁਆਲੀਫਿਕੇਸ਼ਨ ਰੱਖੀ ਸੀ ਸਰਕਾਰ ਨੇ ਉਹ ਰੱਖੀ ਸੀਗੀ 8ਵੀਂ ਪਾਸ ਪਰ ਉਮੀਦ ਹੈ ਕਿ 8ਵੀਂ ਵਾਲੇ ਬੱਚਿਆਂ ਨੇ ਬਹੁਤ ਘੱਟ ਅਪਲਾਈ ਕੀਤਾ ਹੋਣਾ 10ਵੀਂ 12ਵੀਂ ਗ੍ਰੈਜੂਏਸ਼ਨ ਜਾਂ ਈਵਨ ਪੋਸਟ ਗ੍ਰੈਜੂਏਸ਼ਨ ਵਾਲੇ ਬੱਚਿਆਂ ਨੇ ਵੀ ਇਸ ਨੂੰ ਜ਼ਿਆਦਾ ਅਪਲਾਈ ਕੀਤਾ ਹੋਣਾ ਤਾਂ ਜਿਹੜਾ ਪੇਪਰ ਦਾ ਲੈਵਲ ਰਹੇਗਾ ਉਹ ਬਹੁਤ ਜ਼ਿਆਦਾ ਆਸਾਨ ਨਹੀਂ ਰਹੇਗਾ ਪੇਪਰ ਥੋੜਾ ਜਿਹਾ ਮੁਸ਼ਕਿਲ ਆਉਂਦੀ ਉਮੀਦ ਹੈ ਕਿਉਂਕਿ ਜ਼ਿਆਦਾ ਜੋ ਬੱਚੇ ਨੇ ਉਹ ਪਲੱਸ 2 ਪਾਸ ਜਾਂ ਗ੍ਰੈਜੂਏਸ਼ਨ ਪਾਸ ਹੀ ਹੋਣਗੇ ਇਹਦਾ ਜੋ ਪੇਪਰ ਲੈਣ ਵਾਲੀ ਸੰਸਥਾ ਹੈਗੀ ਜਿਹੜਾ ਟੈਸਟ ਲੈਣਾ ਉਹ ਲੈਣਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਨੇ ਔਰ ਇਸ ਦੇ ਜੋ ਟੈਸਟ ਦੇ ਕੁੱਲ ਨੰਬਰ ਨੇ ਉਹਨੇ 100 ਨੰਬਰ ਠੀਕ ਹੈ 100 ਨੰਬਰ ਕਿਵੇਂ ਨੇ ਇੱਕ ਤਾਂ ਨੌਕਰੀ ਨਾਲ ਸੰਬੰਧਨ ਨੰਬਰ ਨੇ ਜੋ ਨੇ 10 ਮਤਲਬ ਜੋ ਬੱਚੇ ਜਾਂ ਜੋ ਕੈਂਡੀਡੇਟ ਆਲਰੇਡੀ ਜੌਬ ਕਰ ਰਹੇ ਨੇ ਕਿਸੇ ਵੀ ਹਸਪੀਟਲ ਦੇ ਵਿੱਚ ਜਿਨ੍ਹਾਂ ਦੇ ਕੋਲ ਇਹ ਕੋਈ ਵੀ ਐਕਸਪੀਰੀਅੰਸ ਹੈ ਉਹਨਾਂ ਨੂੰ 10 ਨੰਬਰ ਇਸ ਐਕਸਟਰਾ ਮਿਲਣਗੇ ਔਰ ਬਾਕੀ ਜੋ ਪੇਪਰ ਹੋਏਗਾ ਉਹ 90 ਨੰਬਰ ਦਾ ਹੋਏਗਾ ਠੀਕ ਹੈ ਤਾਂ ਜਿਹੜੇ ਆਲਰੇਡੀ ਜੌਬ ਕਰ ਰਹੇ ਨੇ ਜਾਂ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਸਰਕਾਰੀ ਹਸਪੀਟਲ ਦਾ ਜਾਂ ਪ੍ਰਾਈਵੇਟ ਹਸਪੀਟਲ ਦਾ ਉਹਨਾਂ ਨੂੰ 10 ਨੰਬਰ ਦਾ ਬੇਨਫਿਟ ਜ਼ਰੂਰ ਮਿਲੇਗਾ ਇਸ ਦੀ ਮੈਰਿਟ ਦੇ ਵਿੱਚ ਹੁਣ ਮੈਂ ਤੁਹਾਨੂੰ ਡਿਸਕਸ ਕਰਦੇ ਆ ਇਸ ਦੇ ਵਿੱਚ ਵਿਸ਼ਾ ਵਸਤ ਸਬਜੈਕਟ ਕਿ ਕਿਹੜੇ ਕਿਹੜੇ ਸਬਜੈਕਟ ਹੈ ਜਿਹੜੇ ਮੇਨ ਆਨ ਦੇ ਚਾਂਸਸ ਨੇ ਮੈਥ ਰੀਜਨਿੰਗ ਬੇਸਿਕ ਕੰਪਿਊਟਰ ਇੰਗਲਿਸ਼ GK ਹੁਣ GK ਦੋ ਤਰ੍ਹਾਂ ਦੇ ਆਉਣ ਦੇ ਚਾਂਸਸ ਨੇ ਇੱਕ ਤਾਂ ਸਟੈਟਿਕ ਪਾਰਟ ਇੱਕ ਕਰੰਟ ਅਫੇਅਰ ਸਟੈਟਿਕ ਪਾਰਟ ਦੇ ਵਿੱਚ ਬਿਟਾ ਆ ਜਾਂਦਾ ਆਪਣਾ ਹਿਸਟਰੀ ਜੀਓਗ੍ਰਾਫੀ ਜਾਂ ਫਿਰ ਸਾਇੰਸ ਦੇ ਨਾਲ ਸੰਬੰਧਿਤ ਸਵਾਲ ਕਿਉਂਕਿ ਇਹ ਪੇਪਰ ਵਾਰਡ اٹੈਂਡੈਂਟ ਦਾ ਹਸਪੀਟਲ ਨਾਲ ਸੰਬੰਧਿਤ ਪੇਪਰ ਹੈ ਤਾਂ ਉਮੀਦ ਹੈ ਕਿ ਸਟੈਟਿਕ ਪਾਰਟ ਦੇ ਵਿੱਚ ਸਾਇੰਸ ਦੇ ਪ੍ਰਸ਼ਨ ਨੇ ਜਿਹੜੇ ਉਹ ਜ਼ਿਆਦਾ ਆਉਣਗੇ ਜਿਹੜਾ ਮੈਥ ਹੈ ਮੈਥ ਵੀ ਉਮੀਦ ਹੈ ਕਿ ਮੈਕਸਿਮਮ 6ਵੀਂ 7ਵੀਂ 8ਵੀਂ ਤੱਕ ਦਾ ਹੀ ਆਏਗਾ ਇਸ ਤੋਂ ਉੱਪਰ ਦਾ ਮੈਥ ਨਹੀਂ ਆਏਗਾ ਕਿਉਂਕਿ ਸਰਕਾਰ ਨੇ ਜਿਹੜੀ ਇਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਰੱਖੀ ਜਿਵੇਂ ਆਪਾਂ ਪਹਿਲਾਂ ਡਿਸਕ ਤੁਵੀ ਪਾਸੇ ਰੱਖੀ ਹੈ ਰੀਜ਼ਨਿੰਗ ਦੇ ਸਵਾਲ ਵੀ ਬੜੇ ਸੌਖੇ ਹੋਣ ਦੀ ਉਮੀਦ ਹੈ ਜਿਵੇਂ ਕੋਡਿੰਗ ਡੀਕੋਡਿੰਗ ਤੇ ਇੱਕ ਦੋ ਸਵਾਲ ਹੋਗੇ ਇਸ ਤਰ੍ਹਾਂ ਦੇ ਕੁਝ ਸਭ ਆਸਾਨ ਜਿਹੇ ਸਵਾਲ ਆਉਣਗੇ ਇਸੇ ਤਰ੍ਹਾਂ ਹੀ ਬੇਸਿਕ ਕੰਪਿਊਟਰ ਵੀ ਬਹੁਤ ਈਜ਼ੀ ਲੈਵਲ ਦਾ ਰਹੇਗਾ ਸਾਰਾ ਜਿਹੜਾ ਸਿਲੇਬਸ ਹੈ ਉਮੀਦ ਹੈ ਕਿ 6ਵੀਂ 7ਵੀਂ 8ਵੀਂ ਤੱਕ ਦਾ ਹੀ ਰਹੇਗਾ ਇਸ ਤੋਂ ਉੱਪਰ ਦਾ ਜਿਹੜਾ ਸਿਲੇਬਸ ਹੈ ਉਹ ਨਹੀਂ ਆਏਗਾ ਇਸੇ ਤਰ੍ਹਾਂ ਹੀ ਇੰਗਲਿਸ਼ ਦਾ ਬੀਬੋਤ ਆਸਾਨ ਹੋਣ ਦੀ ਉਮੀਦ ਹੈ ਔਰ ਜੀਕੇ ਜੋ ਰਹੇਗੀ ਸਟੈਟਿਕ ਪਾਰਟਸ ਵਿੱਚ ਜਿਵੇਂ ਆਪਾਂ ਡਿਸਕਸ ਕੀਤਾ ਕਿ ਸਾਇੰਸ ਦਾ ਪੋਰਸ਼ਨ ਰਹੇਗਾ ਜਾਂ ਫਿਰ ਥੋੜਾ ਬਹੁਤ ਹਿਸਟਰੀ ਦਾ ਪੋਰਸ਼ਨ ਰਹੰਦੇ ਚਾਂਸਸ ਨੇ ਕਰੰਟ ਅਫੇਅਰਸ ਵਿੱਚ ਜਿਵੇਂ ਅੱਜਕੱਲ ਕੋਰੋਨਾ ਵਾਇਰਸ ਥੋੜਾ ਜਿਆਦਾ ਚੱਲ ਰਿਹਾ ਤਾਂ ਉਮੀਦ ਹੈ ਕਿ ਉਸ ਨਾਲ ਸੰਬੰਧਰ ਕੁਐਸਚਨ ਆ ਜਾਣਗੇ ਹੁਣ ਆਪਣੇ ਵੱਲੋਂ ਚ ਇਹ ਸਵਾਲ ਆ ਰਿਹਾ ਹੈ ਕਿ ਜਿਹੜਾ 90 ਨੰਬਰ ਦਾ ਪੇਪਰ ਆ ਰਿਹਾ ਉਹ ਕਿ ਵੀ ਕਿਵੇਂ ਆਏਗਾ ਕਿ ਉਹਦੀਆਂ ਕਲਾਸੀਫਿਕੇਸ਼ਨਸ ਨੇ 90 ਨੰਬਰ ਦੀ ਐ ਮੈਂ ਕੋਸ਼ਿਸ਼ ਕੀਤੀ ਹੈ ਵੈਸੇ ਸਰਕਾਰ ਦੁਆਰਾ ਜਾਂ ਯੂਨੀਵਰਸਿਟੀ ਦੁਆਰਾ ਇਸ ਦੇ ਨੋਟੀਫਿਕੇਸ਼ਨ ਦੇ ਵਿੱਚ ਕੋਈ ਡਿਟੇਲ ਚ ਨਹੀਂ ਦਿੱਤਾ ਗਿਆ ਪਰ ਪੁਰਾਣੀਆਂ ਕਿਤਾਬਾਂ ਜਾਂ ਪੁਰਾਣੇ ਟੈਸਟਾਂ ਦੀ ਰਿਸਰਚ ਕਰਨ ਤੋਂ ਬਾਅਦ ਮੈਂ ਥੋੜਾ ਜਿਹਾ ਆਈਡੀਆ ਲਗਾਇਆ ਹੈ ਇਸ ਸ਼ੂਰ ਸ਼ਾਟ ਨਹੀਂ ਹੈ ਸਿਰਫ ਇੱਕ ਆਈਡੀਆ ਹੈ ਕਿ ਇਸ ਤਰੀਕੇ ਨਾਲ ਪੇਪਰ ਦੀ ਤਿਆਰੀ ਕਰ ਸਕਦੇ ਆ ਉਹ ਆਈਡੀਆ ਕੀ ਹੈ ਬੇਟਾ ਦੇਖਦੇ ਆਪਾਂ ਜਿਹੜਾ ਆਪਾਂ ਮੈਥ ਡਿਸਕਸ ਕੀਤਾ ਸੀਗਾ ਮੈਥ ਰਹੇਗਾ ਤੁਹਾਡਾ 20 ਨੰਬਰ ਦਾ 20 ਮਾਰਕਸ ਦਾ ਰੀਜ਼ਨਿੰਗ ਵੀ ਰਹੇਗੀ 20 ਨੰਬਰ ਦੀ ਬੇਸਿਕ ਕੰਪਿਊਟਰ ਜਿਹੜਾ ਰਹੇਗਾ ਸਿਰਫ 10 ਨੰਬਰ ਦਾ ਰਹੇਗਾ ਇੰਗਲਿਸ਼ ਉਮੀਰ ਹੈ 20 ਨੰਬਰੋਂ ਦੀ जीके दो तरह ਨਾਲ ਇੱਕ ਸਟੈਟਿਕ ਪਾਰਟ ਇੱਕ ਕਰੰਟ ਅਫੇਅਰਸ ਦੋਨੋਂ 10-10 ਨੰਬਰ ਰਹਿਣ ਦੀ ਉਮੀਦ ਹੈ ਕਰੰਟ ਅਫੇਅਰ ਬੜੇ ਅੱਜਕੱਲ ਜੋ ਕੋਰੋਨਾ ਵਾਇਰਸ ਨਾਲ ਸੰਬੰਧਿਤ ਨੇ ਸ਼ਾਇਦ ਉਮੀਦ ਹੈ ਕਿ ਦੋ ਜਾਂ ਤਿੰਨ ਕੁਐਸਚਨ ਉਸ ਦੇ ਵਿੱਚ ਆਉਣਗੇ ਬਾਕੀ ਜਿਹੜੀਆਂ ਰੂਟੀਨ ਲਾਈਫ ਦੀਆਂ ਆਪਣੀਆਂ ਗੱਲਾਂ ਨੇ ਉਹ ਤੁਸੀਂ ਆਪਣੇ ਨਿਊਜ਼ਪੇਪਰ ਦੇ ਵਿੱਚੋਂ ਜਾਂ ਟੀਵੀ ਚੈਨਲ ਉੱਪਰ ਨਿਊਜ਼ ਸੁਣ ਕੇ ਤੁਸੀਂ ਆਪਣੀਆਂ ਕਵਰ ਅਪ ਕਰ ਸਕਦੇ ਹੋ ਉਮੀਦ ਹੈ ਇਹ ਸਾਰਾ ਸਿਲੇਬਸ ਇਸ ਦੇ ਵਿੱਚ ਹੀ ਆਏਗਾ ਕਿਉਂਕਿ ਪੰਜਾਬ ਗਵਰਨਮੈਂਟ ਦਾ ਜੋ ਪੈਟਰਨ ਰਹਿੰਦਾ ਹੈ ਚਾਹੇ ਉਹ ਪਟਵਾਰੀ ਦਾ ਪੈਟਰਨ ਹੈ ਚਾਹੇ ਹੁਣ ਵਾਰਡ ਰੈਂਡਰਡ ਦੀਆਂ ਵੈਕੈਂਸੀਜ਼ ਨੇ ਜਾਂ ਇਸ ਪੰਚਾਇਤ ਸਿਕਤਰ ਦੀਆਂ ਪੋਸਟ ਆਈਆਂ ਸੀ ਜਾਂ ਪੀਐਸਪੀਸੀਲ ਦਾ ਸਿਲੇਬਸ ਰਹਿੰਦਾ ਐਸ ਪਰ ਕੁਆਲੀਫਿਕੇਸ਼ਨ ਜਿਹੜਾ ਪੇਪਰ ਦਾ ਲੈਵਲ ਉਹ ਵਧ ਘਟ ਸਕਦਾ ਪਰ ਜਿਹੜਾ ਸਿਲੇਬਸ ਹੈ ਥਰੂ ਆਊਟ ਦਾ ਪੰਜਾਬ ਗਵਰਨਮੈਂਟ ਉਸ ਮੋਸਟ ਪ੍ਰੋਬੇਬਲੀ ਇਹੀ ਰਹਿੰਦਾ ਕਿ ਮੈਥ ਹੈ ਰੀਜਨਿੰਗ ਹੈ ਬੇਸਿਕ ਕੰਪਿਊਟਰ ਹੁੰਦਾ ਹੈ ਇੰਗਲਿਸ਼ ਹੈ ਜਾਂ ਫਿਰ ਜੀਕੇ ਦੋਨੋਂ ਤਰ੍ਹਾਂ ਦੀ ਕਰੰਟ ਅਫੇਅਰਸ ਵੀ ਤੇ ਸਟੈਟਿਕ ਪਾਰਟ ਵੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਬੜੀ ਸ਼ਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅੱਜਕੱਲ ਸਮੇਂ ਦੀ ਬੜੀ ਕਮੀ ਹੈ ਸਾਰਿਆਂ ਕੋਲੇ ਤੁਹਾਨੂੰ ਪਸੰਦ ਆਈ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਇਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪਲੱਸ ਇਹਦੇ ਨਾਲ ਸੰਬੰਧ ਜਿਹੜੇ ਸਵਾਲ ਨੇ ਚਾਹੇ ਉਹ ਮੈਥ ਹੈ ਚਾਹੇ ਰੀਜ਼ਨਿੰਗ ਹੈ ਚਾਹੇ ਕੰਪਿਊਟਰ ਹੈ ਚਾਹੇ ਇੰਗਲਿਸ਼ ਹੈ ਚਾਹੀ ਜੀਕੇ ਹੈ ਉਹ ਪਰ ਰੋਜ਼ ਇੱਕ ਵੀਡੀਓ ਬਣਾ ਕੇ ਡਿਸਕਸ ਕਰਾਂਗੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਜਿਹੜੀਆਂ ਵੀ ਨੋਟੀਫਿਕੇਸ਼ਨ ਮਿਲਦੀਆਂ ਰਹਿਣਗੀਆਂ ਥੈਂਕਸ ਫਾਰ ਵਾਚਿੰਗ ਮਾਈ ਚੈਨਲ ਸ਼ੁਕਰੀਆ